ਕਿ ਪਹਿਲਾਂ ਕਹਿੰਦੇ ਜੀ 13 ਤੋਂ 18 ਤੋਂ ਹੁਣ ਕੀਤੀ ਅਸੀਂ ਬਈ ਮੀਟਿੰਗ ਕੋਈ ਨੀ ਦੇਖਣੀ ਸਾਡੇ ਨਾਲ ਜੇ ਤਾਂ ਤੁਰਨਗੇ ਠੀਕ ਆ ਨਹੀਂ ਬਈ ਪਿੱਛੇ ਮੁੜ ਜਾਣਗੇ ਠੀਕ ਆ ਇੱਥੇ ਖੜਨ ਦਾ ਪੈਸੇ ਮੁੱਕਣ ਦਾ ਤੇਲ ਮੁੱਕਣ ਦਾ ਕੋਈ ਫਾਇਦਾ ਨੀਗਾ ਇਹ ਮੀਟਿੰਗਾਂ ਅੱਗੇ ਵਧਾਈ ਜਾਂਦੇ ਆ ਸਾਨੂੰ ਮੀਟਿੰਗਾਂ ਮੂਟਿੰਗਾਂ ਤੇ ਕੁਛ ਨੀ ਇੱਧਰ ਗੱਤ ਕੇ ਖੇਡਦੇ ਤੁਰੇ ਆਉਂਦੀਆਂ ਕਹਿੰਦੇ ਹੈ ਫੌਜਾਂ ਤਿਆਰ ਬਰ ਤਿਆਰ ਆ ਚਲੋ ਫਿਰ ਚੱਲ ਗਏ ਅੱਜ ਤਾਂ ਬੈਰੀਕੇਡ ਜਾਂ ਤਾਂ ਪੱਟ ਦੇਣੇ ਆ ਤੇ ਜਾਂ ਪਿੰਡੋ ਪਿੰਡੀ ਚਲੋ ਫਿਰ ਕਰਨ ਕੀ ਆਏ ਆ ਇੱਥੇ ਬਈ ਮੀਟਿੰਗਾਂ ਤਾਂ ਗਾਂ ਇਹਨਾਂ ਨੇ 21 ਨੂੰ ਕਹਿਣਾ 25 ਨੂੰ ਹੋ ਗਈ ਰੋਟੀ ਖਾ ਲੋ ਬਾਈ ਅੱਜ ਬਹੁਤ ਜ਼ਿਆਦਾ ਉਤਸ਼ਾਹ ਹੈ ਲੋਕਾਂ ਚ ਤਾਂ ਕਰਕੇ ਅੱਜ ਬੋਲ ਮਾਰਨ ਡਿਆ ਸਾਰਿਆਂ ਨੂੰ ਇਸ ਗੱਲੋਂ 12 ਵਜੇ ਕਹਿੰਦੇ ਨੇ ਵੀ ਅੱਜ ਬੈਰੀਗੇਡ ਤੋੜਾਂਗੇ 12 ਵਜੇ ਸਹੀ ਸੋ ਆਪਾਂ ਮਿਲਦੇ ਹਾਂ ਦੁਬਾਰਾ 12 ਵਜੇ ਸਿੱਧਾ 12 ਵਜੇ ਜ਼ਰੂਰ ਬਾਈ 12 ਵਜੇ ਪਹੁੰਚਣਾ ਬਾਈ ਪਟਨੇ ਆ ਜਥੇਬੰਦੀਆਂ ਨੇ ਫੇਰ ਗਾਂ ਤਰੀਕ ਕਰਤੀ ਪਰ ਨਹੀਂ ਅੱਜ ਬਾਈ ਕੰਮ ਕਰਨਾ ਬਾਰਡਰ ਤੇ ਚੱਲੀਏ ਇੱਥੇ ਰੋਟੀਆਂ ਖਾ ਕੇ ਅੰਦਰ ਸੌਣ ਨੀ ਆਏ ਬਾਈ ਇੱਥੇ ਰੋਟੀਆਂ ਖਾ ਕੇ ਸੌਣ ਨੀ ਆਏ ਬਾਰਡਰ ਤੇ ਚਲੋ ਅੱਜ ਪਟਨਾ ਅੱਜ ਸਾਰਾ ਬਾਈ ਬਹੁਤ ਜ਼ਿਆਦਾ ਉਤਸ਼ਾਹ ਹੈ ਲੋਕਾਂ ਚ ਆਇਓ ਬਾਈ ਆਇਓ ਆਇਓ ਸਾਰੇ ਨਾਲ ਆਪਣੇ ਫਤਿਹ ਕਰਾਂਗੇ ਮੋਰਚਾ ਉਹ ਡੈਣਾ ਪੂਰਾ ਇਹਦੇ ਨਾਲ ਨਹੀਂ ਗੱਲ ਪਹਿਲੇ ਟਰਾਲੀ ਦੇ ਉੱਤੇ ਰਹਿਣਾ ਟਰਾਲੀ ਨਾਲ ਜਾਓ ਉਹਨਾਂ ਨੂੰ ਤੁਸੀਂ ਸਾਰੇ ਜਾ ਕੇ ਆਪੋ ਆਪਣੇ ਬੰਦੇ ਨਾਲ ਰਾਇਆ ਕਰੋ ਮਿੱਤਰੋ ਚਲੋ ਬਾਲੇ ਤਾਂ ਹੈ ਨੀ ਆਪਾਂ ਬੁਲਾ ਰਹੇ ਪਰ ਜਿੰਨੀ ਕੁ ਨੌਲੇਜ ਹੈਗੀ ਜਿੰਨਾ ਕੁ ਪਤਾ ਪਰ ਜੂਠ ਨੂੰ ਬਾਈ ਅੱਜ ਕਰ ਦੇਣਾ ਕੰਮ ਮਿੱਤਰੋ ਤੁਸੀਂ ਨਾਲ ਹੋ ਸਾਰੇ ਸਾਡੇ ਥੈਂਕ ਯੂ ਬਾਈ ਸਾਰਿਆਂ ਦਾ ਮਿੱਤਰੋ ਕਹਿੰਦੇ ਵਾਲ ਲਿਆ ਹੈ ਓਕੇ ਆ ਕੰਮ ਚਲੋ ਚੱਲੀਏ ਬਸ ਠੀਕ ਆ ਇੱਕ ਪਾਸਾ ਪਾਉਣਾ ਸੀਗਾ ਟਰੈਕਟਰ ਬੈਕ ਜਾਊਗਾ ਨਾ ਔਖਾ ਹੋ ਜਾਊਗਾ ਇੱਕ ਪਾਸਾ ਪਾ ਕੇ ਆ ਲੰਮਾ ਹੋ ਜਾਂਦਾ ਯਾਰ ਮੇਰੀ ਗੱਲ ਸੁਣ ਲੈ ਇਹ ਤਾਂ ਕਹਿੰਦੇ ਥਾਣੇ ਚ ਖੜੀ ਆ ਨਾ ਥਾਣੇ ਚ ਹੋ ਬਈ ਥਾਣੇ ਚ ਅਸੀਂ 1 ਮਿੰਟ 1.5 ਵਜੇ ਉੱਥੇ ਦੱਸ ਦਿਓ
ਕੱਜੇ ਛੁਡਾ ਕੇ ਉਹ ਉਹਨਾਂ ਦੇ ਘਰ ਤੱਕ ਪੁੱਟ ਛੱਡ ਕੇ ਆਈਏ ਜੇ ਅਸੀਂ ਉਹ ਅਸੀਂ ਡੇਕਾਰ ਨਾਲ ਕਹਿਣ ਤੋਂ ਲੱਖ ਆਇਆ ਸੀ ਜੇਸੀਬੀ ਸੋਮਵਾਰ ਨੂੰ ਆਪਾਂ ਦਿੱਲੀ ਚੱਲਣਾ ਇਹਨਾਂ ਦੇ ਮਨ ਦੀ ਇਹਨਾਂ ਦੇ ਮਨ ਦੀ ਇਹ ਗੱਲ ਸੀਗੀ ਤੇ ਹੁਣ ਇਹ ਕਹਿੰਦੇ ਵੀ ਸਾਨੂੰ ਲਿਖਤੀ ਰੂਪ ਚ ਦੇ ਦੇਣ ਚਾਹੇ 21 ਤਰੀਕ ਨੂੰ ਚਾਹੇ 22 ਤਰੀਕ ਨੂੰ ਇਹੀ ਕਹਿਣਾ ਚਾਹੁੰਦੇ ਹੋ ਨਹੀਂ ਵੀ ਆ ਸਾਨੂੰ ਲਿਖਤੀ ਨਹੀਂ ਵੀਰੇ ਸਿਰਫ ਸਾਨੂੰ 21 ਤਰੀਕ ਨੂੰ 22 ਤਰੀਕ ਨੂੰ ਨਹੀਂ 21 ਤਰੀਕ ਨੂੰ 11 ਵਜੇ ਅਸੀਂ ਪੱਟ ਦੇਣਾ ਜੀ ਅੱਜ ਲਿਖਤੀ ਰੂਪ ਚ ਦੇਣਗੇ ਜੇ ਨਾ ਦਿੱਤਾ ਫਿਰ ਅੱਜ ਹੀ ਪੱਟਾਂਗੇ ਅੱਜ ਹੀ ਪੱਟਾਂਗੇ ਹਾਂ ਜੇ ਲਿਖਤੀ ਰੂਪ ਚ ਅੱਜ ਨਾ ਦਿੱਤਾ ਅੱਜ ਹੀ ਪੱਟਾਂਗੇ ਵੀਰੇ ਅੱਜ ਹੀ ਪੱਟਾਂਗੇ ਹਾਂ ਜੇ ਨਹੀਂ ਦਿੱਤਾ ਬਈ ਅੱਜ ਹੀ ਪੱਟਾਂਗੇ ਬਈ ਉਹਨਾਂ ਨੇ ਟਾਈਮ ਇੱਥੇ ਵੀ ਬੁਲਾਇਆ ਸੀ ਅਸੀਂ ਆਏ ਆ ਜੇ ਉਹਨਾਂ ਨੇ ਮੀਟਿੰਗ ਆ ਗੋਸਾ ਸਾਹਿਬ ਆਉਣਗੇ ਉਹਨਾਂ ਨਾਲ ਮੀਟਿੰਗ ਰੱਖੀ ਹੈ ਇੱਥੇ ਉਹ ਜੇ ਲਿਖਤੀ ਰੂਪ 'ਚ ਦੇਣਗੇ ਵੀ ਹਾਂਜੀ ਠੀਕ ਹੈ ਇਸ ਤੋਂ ਬਾਅਦ ਨਹੀਂ ਅਸੀਂ ਟਾਈਮ ਵਧਾਉਂਦੇਗਾ ਅਸੀਂ ਬਾਈ ਕੁਛ ਨਹੀਂ ਕਰਦੇ ਸਾਡਾ ਕਿਹੜਾ ਜੀ ਕਰਦਾ ਬਾਈ ਸਿਰ ਪੜਵਾ ਲਈਏ ਜਾ ਕੇ ਕਿਹਦੇ ਵਾਸਤੇ ਬੈਠੇ ਅਸੀਂ ਕਿਹਦੇ ਵਾਸਤੇ ਕਰਨ ਦੇ ਦੱਸ ਮੈਨੂੰ ਸਾਰਿਆਂ ਨੂੰ ਨਾਲ ਖੜਨਾ ਚਾਹੀਦਾ ਬਾਈ ਕੋਈ ਸਾਡੇ ਕੋਈ ਮੇਰੇ ਕੋਲੇ 5 ਕਿੱਲੇ ਜ਼ਮੀਨ ਆ ਕੋ ਮੈਂ ਕੋਈ 100 ਕਿੱਲੇ ਦਾ ਮਾਲਕ ਨਹੀਂ ਆ ਆਹ ਬੰਦੇ ਕੋਲੇ ਓੜਾ ਵੀ ਜ਼ਮੀਨ ਹੈ ਨਹੀਂ ਕਿਹੜੇ ਲਵੇ ਬਾਈ ਆਹ ਮੈਂ ਦੇਖਦਾ ਵੀ ਜ਼ਮੀਨ ਹੈ ਨਹੀਂ ਬਾਈ ਮੈਂ ਕਾਹਤੋਂ ਆਇਆ ਮੈਨੂੰ ਕੀ ਲੋੜ ਆ ਯਾਰ ਆਪਦਾ ਟਰੈਕਟਰ ਬਣਾਉਣ ਦੀ 8 ਲੱਖ ਦਾ ਮੇਰੇ ਕੋਲੇ ਬਾਈ ਓੜਾ ਵੀ ਜ਼ਮੀਨ ਹੈ ਨਹੀਂ ਮੈਂ ਘਰ ਵੀ ਮੈਂ ਬਾਈ ਮੇਰਾ ਕਿਰਾਏ ਤੇ ਆ ਠੀਕ ਆ ਮੈਨੂੰ ਕੀ ਲੋੜ ਆ ਯਾਰ ਜੇ ਇੱਥੇ ਮੈਂ ਮਰ ਗਿਆ ਮੇਰਾ ਘਰ ਤਾਂ ਮੇਰੇ ਸਾਰੇ ਚੱਲਦਾ ਸਾਰਾ ਠੀਕ ਆ ਮੈਨੂੰ ਕੀ ਲੋੜ ਆ ਮੇਰੀਆਂ ਵੀਡੀਓ ਕਈ ਕਹਿੰਦੇ ਸੀਗੇ ਨਾ ਵੀਡੀਓ ਮਰਾਇਆ ਵੀਡੀਓ ਤਾਂ ਮੇਰੀਆਂ ਘਰੇ ਵੀ ਚੱਲੀ ਜਾਂਦੀਆਂ ਮੈਂ ਤਾਂ 2-4 ਹਜ਼ਾਰ ਦਾ ਟਿਕਟ ਤੇ ਸਮਾਨ ਲਾ ਦਿੰਦਾ ਬਾਈ 1-2 ਲੱਖ ਵੀਡੀਓ ਆ ਜਾਂਦੇ ਆ ਮੈਨੂੰ ਕੀ ਲੋੜ ਆ ਇੱਥੇ ਆਉਣ ਦੀ ਮੈਂ ਤਾਂ ਬਾਈ ਸਾਰਾ ਮੇਰਾ ਜਜ਼ਬਾ ਵਾ ਮੈਂ ਤਾਂ ਮਰ ਮਿਟਣ ਲਈ ਤਿਆਰ ਆ ਜੇ ਮਰ ਵੀ ਗਏ ਫੇਰ ਵੀ ਕੋਈ ਚੱਕਰ ਨਹੀਂ ਪਰ ਬਾਈ ਖੜੋ ਤਾਂ ਸਹੀ ਨਾਲ ਸਾਡੇ ਨਾਲ ਗੱਲ ਤਾਂ ਕਰੋ ਯਾਰ ਆਪਣੇ ਬੰਦੇ ਮੁੱਲ ਮਰੇ ਬਾਅਦ ਪਾਉਂਦੇ ਆ ਜਾਂਦੇ ਜੀ ਨਾਲ ਨਹੀਂ ਕੋਈ ਖੜਦਾ ਮਰੇ ਬਾਅਦ ਕਹਿਣਗੇ ਦੀਪ ਸਿੱਧੂ ਨੂੰ ਪਹਿਲਾਂ ਗਦਾਰ ਕਹੀ ਗਏ ਮੁੜ ਕੇ ਉਹਦੀਆਂ ਫੋਟੋਆਂ ਹੁਣ ਦੇਖ ਲਓ ਕਿੱਥੇ ਲਾਈਆਂ ਕਿੱਥੇ ਲਾਈਆਂ ਮਿਊਜ਼ੀਅਮ ਵਿੱਚ ਫੋਟੋਆਂ ਲਾਈਆਂ ਹਾਂ ਹੁਣ ਮਰੇ ਦਾ ਮੁੱਲ ਪਾਉਂਦੇ ਆ ਇਹ ਸਾਡਾ ਕੋਈ ਨਹੀਂ ਬਾਈ ਮੀਟਿੰਗ ਰੱਖੀ ਆ ਤੁਹਾਨੂੰ ਸੱਦਾਂਗੇ 2 ਵਜੇ ਹੁਣ ਇੱਕ ਵਾਰੀ ਕੁਛ ਨਹੀਂ ਲਿਖਤੀ ਰੂਪ 'ਚ ਲਵਾਂਗੇ ਉਹਨਾਂ ਤੋਂ ਬਸ ਇੰਨੀ ਗੱਲ ਬਾਈ ਜੇ ਲਿਖਤੀ ਰੂਪ 'ਚ ਅੱਜ ਦੇਤਾ ਠੀਕ ਆ ਨਹੀਂ ਤਾਂ ਅੱਜ ਹੀ ਪੱਟਾਂਗੇ ਨਹੀਂ ਤਾਂ ਫਿਰ 11 ਵਜੇ ਜੇ ਲਿਖਤੀ ਰੂਪ 'ਚ ਦੇਤਾ 21 ਤਰੀਕ ਨੂੰ 11 ਵਜੇ ਪੱਟਾਂਗੇ ਬੋਲੇ ਸੋਨਿਹਾ ਪ੍ਰਧਾਨ ਆ ਰਹੇ ਸਾਡੇ ਨਾਲ ਅਸੀਂ ਕਿਹਾ ਬਈ ਮੀਟਿੰਗ ਕਰੋ ਦਿੱਲੀ ਜਾਣਾ ਇੱਥੇ ਬਹਿਣ ਦਾ ਕੋਈ ਫਾਇਦਾ ਤਾਂ ਦੱਸੋ ਤਾਂ ਚੜੀਆਂ ਪਈਆਂ ਕੇਰਾਂ ਤਾਂ ਆਪਾਂ ਧੱਕ ਪਾ ਦੀ ਕਿ ਨਹੀਂ ਬਈ ਇੱਕੀ ਤਰੀਕ ਨੂੰ 11 ਵਜੇ ਕਿਤੇ 17 ਹੋ ਜਾਂਦੀ ਕਿਤੇ 19 ਹੋ ਜਾਂਦੀ ਕਿਤੇ 21 ਹੋ ਜਾਂਦੀ ਆ
ਗਾਂ ਦੀ ਗਾਂ ਵਧਾਈ ਜਾਂਦੇ ਆ, ਇੱਥੇ ਬਹਿ ਕੇ ਕੁਛ ਨਹੀਂ ਹੋਣਾ, ਦਿੱਲੀ ਤਾਂ ਜਾਣਾ ਹੀ ਪੈਣਾ, ਇਹ ਸਾਨੂੰ ਜਾਣ ਨਹੀਂ ਦਿੰਦੇ ਬਈ। ਜੇ ਅਸੀਂ ਆਪ ਖੁਦ ਪੱਟ ਕੇ ਜਾਵਾਂਗੇ ਨਾ ਮੂਹਰੇ ਲੱਗ ਕੇ, ਮੁੜ ਕੇ ਕਹਿਣਗੇ ਗਦਾਰ ਆ ਬਈ। ਅੱਜ ਕਹਿ ਹੀ ਦਿੱਤਾ, ਅੱਜ ਟੈਗ ਲਾਤੇ ਮਿੱਤਰੋ, ਇੱਥੇ ਜਰੂਰ ਪਹੁੰਚਣਾ ਚਾਹੀਦਾ ਸਾਰਿਆਂ ਨੂੰ, ਆਏ ਹੋਏ ਵੀ ਹਾਂ, ਬਾਕੀ ਕਈ ਉਧਰ ਸ਼ੰਭੂ ਬਣੀ ਗਏ। ਫੁੱਲ ਤਿਆਰੀ ਕਰ ਲਈ ਮੈਂ ਬਾਈਆਂ ਨੂੰ ਕਹਿ ਤਾ, ਮੈਂ ਕਿਹਾ ਅੱਜ ਤਾਂ ਬਾਈ ਚੱਲ ਕੰਮ ਸਾਰੇ ਜਥੇਬੰਦੀਆਂ ਕਹਿੰਦੀਆਂ ਕਿ ਚਲੋ ਕੋਈ ਨਾ ਪਰਸੋਂ 11 ਵਜੇ ਨੂੰ 21 ਤਰੀਕ ਨੂੰ 11 ਵਜੇ ਬਾਰਡਰ ਟੱਪ ਜਾਣਾ ਆਪਾਂ। ਤੇ ਬਾਈ ਹੋਰਾਂ ਨੂੰ ਕਹਿਤਾ, ਮੈਂ ਕਿਹਾ ਬਾਈ ਤਿਆਰੀ ਫੁੱਲ ਕਰ ਲਓ, ਪਤਾ ਨੀ ਕਿਹਦੇ ਕਿਹੜਾ ਫੇਰ ਵੱਜਣਾ, ਕਹਿੰਦੀ ਤਿਆਰੀ ਤੁਹਾਡੀ ਫੁੱਲ ਆ ਬਾਈ। ਹਾਂ ਤੇ ਬੰਜ ਨੇ ਮਿੱਤਰੋ ਲੈ ਸਾਰਾ, ਸਤਿ ਸ਼੍ਰੀ ਅਕਾਲ ਜੀ, ਤਿਆਰੀ ਫੁੱਲ ਆ ਜੀ ਤੁਹਾਡੀ ਵੀ? ਹਾਂ ਕਿਉਂਕਿ ਪਤਾ ਨੀ ਕਿਹੜਾ ਛੜਲਾ ਵੱਜਣਾ ਹਨਾ ਜੀ, ਲੱਤ ਚ ਵੱਜਣਾ, ਬਾਂਹ ਚ ਵੱਜਣਾ, ਫੇਰ ਹਾਂਜੀ ਮੌਕੇ ਤੇ ਸੀਗੇ, ਠੀਕ ਹੈ ਜੀ, ਉਹ ਇਲਾਜ ਕਰ ਰਹੇ ਆ, ਸਾਡੇ ਕੋਲ ਐਂਬੂਲੈਂਸ ਵਗੈਰਾ ਹੈਗੀਆਂ ਉਹਦੇ। ਤੇ ਜਿਹੜਾ ਉਹ ਆਪਣਾ ਧੂਆਂ ਚੜਦਾ ਉਹਦਾ ਕੋਈ ਇਲਾਜ ਹੈਗਾ ਜੀ? ਧੂਆਂ ਚੜਨ ਦਾ ਇਲਾਜ ਪਹਿਲਾਂ ਕੋਈ ਨੀਗਾ, ਬੰਦਾ ਬੇਹੋਸ਼ ਵੀ ਹੋ ਜਾਂਦਾ ਬਾਕੀ ਪੇਸਟਾਂ ਪੂਸਟਾਂ ਫੇਸ ਤੇ ਲਾਉਣ ਨੂੰ ਲਿਆਂਦੀਆਂ, ਠੀਕ ਹੈ ਜੀ। ਹਾਂ ਕਿਉਂਕਿ ਉਹਦੇ ਨਾਲ ਵੀ ਜਲਨ ਘੱਟ ਜਾਂਦੀ ਹੈ ਹਨਾ, ਤੇ ਬਾਕੀ ਦੇਖਦੇ ਆ। ਸਾਡੀ ਤਾਂ ਤਿਆਰੀ ਅੱਜ ਹੀ ਫੁੱਲ ਸੀ, ਪਰ ਜਥੇਬੰਦੀਆਂ ਕਹਿੰਦੀਆਂ ਖੜ ਜਾਓ ਪਰਸੋਂ ਦੀ ਕਾਲ ਆ। ਹਾਂ ਅਸੀਂ ਵੀ ਥੋੜੇ ਜਿਹੇ ਬੰਨੇ ਵੇ ਆ, ਕੀ ਕਰੀਏ, 2 ਵਜੇ ਤੱਕ ਕਿਹਾ ਸੀਗਾ ਸਾਰੇ ਭਰਾ ਆਏ ਬਾਈ ਉੱਥੇ, ਧੰਨਵਾਦ। 2 ਵਜੇ ਅਸੀਂ ਬਾਈ ਬੈਰੀਕੇਡ ਲੱਗੇ ਸੀ ਪੱਟਣ, ਫਿਰ ਸਾਨੂੰ ਬਾਈ ਜਥੇਦਾਰ ਯੂਨੀਅਨ ਵਾਲੇ ਜਿਹੜੇ ਪ੍ਰਧਾਨ ਕਹਿੰਦੇ ਇੱਕ ਦਿਨ ਖੜ ਜਾਓ ਰਿਕਵੈਸਟ, ਇੱਕ ਦਿਨ ਦਾ ਬਾਈ ਉਹਨਾਂ ਨੇ ਟਾਈਮ ਦਿੱਤਾ, ਕਹਿੰਦੇ 21 ਤਰੀਕ ਨੂੰ 11 ਵਜੇ ਅਸੀਂ ਖੁਦ ਮੂਹਰੇ ਲੱਗ ਕੇ ਬੈਰੀਕੇਡ ਪਟਾਵਾਂਗੇ। ਤੇ ਬਾਕੀ ਹੁਣ ਬਾਈ ਕਹਿਤਾ ਉਹਨਾਂ ਨੇ, ਬਾਕੀ ਦੇਖਦੇ ਆ ਕਿ ਨਹੀਂ ਬਾਈ, ਬਾਈ ਲਿਖਤੀ ਰੂਪ ਚ ਦਿੱਤਾ ਕਿ ਨਾ ਵੀਡੀਓ ਕਾਲ ਬਣਾ ਲਿਆ ਪਤਾ। ਹਾਂ ਤੇ ਬਾਕੀ ਬਾਈ ਵੀਡੀਓ ਬਣਾਈ ਆ, ਉਹ ਕਹਿੰਦੇ 11 ਤਰੀਕ ਨੂੰ 21 ਤਰੀਕ ਨੂੰ 11 ਵਜੇ ਪ੍ਰਧਾਨ ਕਹਿੰਦਾ ਆਪ ਜਾਊਂਗਾ। ਹਾਂ ਕਹਿੰਦੇ ਅਸੀਂ ਆਪ ਮੂਹਰੇ ਜਾਵਾਂਗੇ ਬੈਰੀਕੇਡ ਪਟਾਵਾਂਗੇ। ਉਹ ਬਾਈ ਮਿੱਤਰੋ ਹਨੇਰਾ ਹੋ ਗਿਆ ਤੇ ਡੈਣਾ ਸੋਰ, ਆਪਾਂ ਇੱਥੇ ਲਾਤਾ ਇਹਨੂੰ ਹਜੇ ਢਕਣਾ, ਤੇ ਆ ਖੜੀਆਂ ਆਪਣੀਆਂ ਫੌਜਾਂ। ਕਿਉਂ ਬਾਈ ਫੌਜੋ ਤਿਆਰ ਹੋ ਫੁਰ? ਯਾਰ ਅੱਜ ਬਾਲਾ ਤਿਆਰ ਸੀਗੇ, ਤੇ ਭਰਾ ਵੀ ਆਪਣੇ ਨਾਲ ਬਈ ਜਿੰਨੇ ਵੀ ਜੁੜਦੇ ਆ, ਧੰਨਵਾਦ ਬਈ ਸਾਰਿਆਂ ਦਾ ਹਨਾ। ਜੇ ਕੋਈ ਕੰਮ ਹੁੰਦਾ ਨਾ ਉਹ ਚੰਗੇ ਲਈ। ਹਾਂ ਆਪਾਂ ਅੱਜ ਕਿੰਨੀ ਤਿਆਰੀ ਸੀ ਬਾਈ ਨੇ, ਜੇ ਕੋਈ ਗੱਲ ਛੇੜੀ ਆਪਣੀ ਕੋਈ ਗੱਲ ਨਹੀਂ ਆਪਾਂ ਕਰਾਂਗੇ। ਅੱਜ ਬਈ ਅੱਜ ਸਾਡੀ ਫੁੱਲ ਤਿਆਰੀ ਸੀ 21 ਤਰੀਕ ਨੂੰ 11 ਵਜੇ ਲਿਖਤੀ ਰੂਪ ਚ ਆਪਾਂ ਨੂੰ ਮਿਲ ਗਿਆ, ਵੀਡੀਓ ਆਪਾਂ ਬਣਾਣੀ ਵੀ ਪਰਸੋਂ ਨੂੰ ਸਹੀ 11 ਵਜੇ 21 ਤਰੀਕ ਨੂੰ 11 ਵਜੇ ਮਿੱਤਰੋ ਦਿੱਲੀ ਨੂੰ। ਅਸੀਂ ਤਾਂ ਬਈ ਅੱਜ ਵੀ ਲਾਇਸੈਂਸ ਬਣਵਾ ਲਿਆ ਸੋਹਣ ਵਾਲਾ, ਸਾਨੂੰ ਤਾਂ ਕਈ ਕੋਈ ਕੁਛ ਕਹੀ ਜਾਂਦਾ, ਕੋਈ ਬੀਜੇਪੀ ਦਾ ਕਹੀ ਜਾਂਦਾ ਵੀ ਹੁੱਲੜਬਾਜ਼ੀ ਕਰਦੇ ਹਨਾ ਯਾਰ, ਬੜਾ ਕੁਛ ਸੁਣਨ ਨੂੰ ਮਿਲ ਜਾਂਦਾ ਬਈ। ਅਸੀਂ ਤਾਂ ਆਏ ਆ ਕਿ ਮੋਰਚਾ ਫਤਿਹ ਕਰੀਏ,
ਬਾਕੀ ਹੁਣ ਹੁੱਲੜ ਬਾਜ ਕਹੀ ਜਾਂਦੇ ਕੋਈ ਕੁਛ ਕਹੀ ਜਾਂਦੇ ਜੇ ਬਾਲੀ ਸਾਡੇ ਤੋਂ ਹੋਆ ਤਾਂ ਬਾਈ ਪਿੰਡ ਮੁੜ ਜਾਂਦੇ ਨਾ ਨਾ ਯਾਰ ਪਿੰਡ ਕਦ ਲਈ ਪਰਸੋਂ ਤੱਕ ਆਪਾਂ ਖੜਾਂਗੇ ਪਰਸੋਂ ਦਾ ਆਪਾਂ ਗਿਆ ਪਰਸੋਂ 11 ਵਜੇ 21 ਤਰੀਕ ਪਰਸੋਂ ਜਿਹੜਾ ਪਰਸੋਂ ਤੱਕ ਆਪਾਂ ਨੂੰ ਗਿਆ ਆਪਾਂ ਖੜਾਂਗੇ ਯਾਰ ਦੇਖ ਆਪਾਂ ਤਾਂ ਅੱਜ ਵੀ ਗਏ ਸੀਗੇ ਠੀਕ ਆ ਆਪਣੇ ਬਲੋਕਾਂ ਦੇ ਵੀ ਆਈ ਆਪਾਂ ਕਿਹਾ ਯਾਰ ਅਭੀ ਸਾਹਿਬ ਬਣਾਵਾਂਗੇ ਯਾਰ ਸਭ ਤੋਂ ਅੱਗੇ ਜਾਣ ਮਰਾਂਗੇ ਵੀ ਤਾਂ ਅਸੀਂ ਸਭ ਤੋਂ ਅੱਗੇ ਆਪਣੇ ਟਰੈਕਟਰ ਸੀ ਬਾਈ ਮੰਨਦਾ ਹੋਏਗਾ ਏਸੀ ਬਾਈ ਖੜੋ ਭਾਈ ਯਾਰ ਸਾਡੇ ਨਾਲ ਖੜੋ ਤਾਂ ਯਾਰ ਅਸੀਂ ਨਹੀਂ ਕਹਿੰਦੇ ਕੋਈ ਟਰੈਕਟਰ ਲੈ ਕੇ ਸਾਡਾ ਤਾਂ ਬਰਾਬਰ ਦਾ ਕਿ 100 ਖਾ ਸਵੇਰੇ 50 ਬੰਦੇ ਨੇ 100 ਖਾਦੀ ਸੀ ਬਾਈ 50 ਤਾਂ ਹੋਣੇ 50 ਬੰਦੇ ਨੇ 100 ਖਾਦੀ ਸੀ ਇੱਕ ਨਹੀਂ ਅੱਗੇ ਮਤਲਬ ਪਿੱਛੇ ਨਹੀਂ ਹਟਦੇ ਲਾਸਟ 'ਚ ਬਾਈ ਇੱਥੇ ਤੱਕ ਉਹਦੇ 20 ਰਹਿ ਗਏ ਸੀਗੇ ਜਾਂਦੇ ਆਪਣਾ ਇਕੱਠ ਹੋ ਗਿਆ ਚਲੋ ਰੱਬ ਦੀ ਮਰਜ਼ੀ ਆ ਬਸ 1000 ਤੋਂ 2000 ਬੰਦੇ ਦਾ ਇਕੱਠ ਕਰਤਾ ਸੀਗਾ ਠੀਕ ਆ ਕੋਈ 2 ਵਜੇ ਕਿੰਨੇ ਬਾਈ 2 ਵਜੇ ਕਿੰਨੇ ਭਰਾ ਆਪਣੇ ਠੀਕ ਆ ਬਾਈ ਅਸੀਂ 2 ਵਜੇ ਨਾ ਮੈਂ ਅਸੀਂ ਲੱਕੀ ਹੁਣੀ ਜੀ ਸਾਰੇ ਭਾਈ ਮਤਲਬ ਉਹਦੇ ਨਾਲ ਗੱਲ ਕਰੀ ਜਾਂਦੇ ਸੀ ਪੰਦੇਰ ਨਾਲ ਸਾਡੀ ਮੀਟਿੰਗ ਸੀਗੀ ਪਰ ਅਸੀਂ 2 ਵਜੇ ਦੀ ਕਾਲ ਕਰੀ ਸੀ 2 ਵਜੇ ਉੱਥੇ ਘੱਟੋ ਘੱਟ 2000 ਬੰਦਾ ਸਾਡੀ ਵੇਟ ਕਰੀ ਗਿਆ ਉਸ ਤੋਂ ਬਾਅਦ ਇਹ ਆ ਯਾਰ ਸਾਨੂੰ ਕੋਈ ਕੁਛ ਕਹੀਏ ਯਾਰ ਸਾਨੂੰ ਕੋਈ ਚੱਕਰ ਨਹੀਂਗਾ ਪਰ ਘੱਟੋ ਘੱਟ ਯਾਰ ਸਾਡਾ ਤਾਂ ਮਤਲਬ ਵਿਰੋਧ ਤਾਂ ਨਾ ਕਰੋ ਅਸੀਂ ਯਾਰ ਐਡਾ ਵੀ ਕੀ ਮਾੜਾ ਕਰਦਾ ਜੇ ਯਾਰ ਅਸੀਂ ਆਪ ਆਏ ਆ ਅਸੀਂ ਟਰੈਕਟਰ ਵੀ ਤਾਂ ਆਪਦਾ ਬਣਾਵਾਂਗੇ ਜੇ ਅੱਗੇ ਜੇ ਜੇ ਅਸੀਂ ਅੱਗੇ ਜਾਂਦੇ ਆ ਯਾਰ ਤਾਂ ਮਤਲਬ ਸਾਨੂੰ ਐਂ ਵੀ ਤਾਂ ਹੁੰਦਾ ਯਾਰ ਜੇ ਅਸੀਂ ਅੱਗੇ ਗਏ ਆ ਇਹ ਤਾਂ ਨਹੀਂ ਅਸੀਂ ਵਲੋਗ ਬਣਾਉਣ ਗਏ ਜੇ ਗੋਲੀ ਵੱਜੂ ਤਾਂ ਅੱਗੇ ਅਸੀਂ ਇਹ ਤਾਂ ਬਾਈ ਵਲੋਗ ਤਾਂ ਬਣਾਉਂਦੇ ਆ ਜਿਹੜੇ ਘਰਾਂ 'ਚ ਬੈਠੇ ਆ ਸਾਨੂੰ ਕਹੀ ਜਾਂਦੇ ਬਾਈ ਪਲ ਪਲ ਦੀ ਖਬਰ ਦਿਓ ਇੱਥੇ ਨਿਊਜ਼ ਵਾਲੇ ਤਾਂ ਮਾੜੀ ਜੀ ਕਲਿੱਪ ਕੱਟ ਕੇ ਉਹੀ ਦਿਖਾਈ ਜਾਂਦੇ ਬਾਈ ਅਸੀਂ ਸਾਰਾ ਦਿਖਾਉਂਦੇ ਆ ਰਾਤ ਨੂੰ ਮੈਂ 11 ਵਜੇ ਵੀ ਜਾ ਕੇ ਦਿਖਾਉਣਾ ਉਹਨਾਂ ਕੇ ਬਾਈ ਟਰਾਲੀਆਂ ਚਾਹ ਦੇਖੋ ਐਂ ਸ਼ਾਂਤੀ ਹੋ ਗਈ ਆ ਸੁੱਤੇ ਪਏ ਆ ਠੀਕ ਹੈ ਨਾ ਯਾਰ ਵਲੋਗ ਦੇਖ ਵਲੋਗ ਤਾਂ ਆਪਾਂ ਬਣਾ ਲਏ ਹਨਾ ਯਾਰ ਲੋਕਾਂ ਨੂੰ ਇਹ ਵੀ ਪਤਾ ਵੀ ਇੱਥੇ ਨੈਟ ਨਹੀਂ ਚੱਲਦਾ ਲੋਕ ਅਸੀਂ ਬਣਾਉਂਦੇ ਸਾਰਾ ਦਿਨ ਆ ਲੋਕਾਂ ਨੂੰ ਇਹ ਨਹੀਂ ਪਤਾ ਅਸੀਂ ਕਿਵੇਂ ਪਾ ਕੇ ਆਉਣਾ ਬਸ ਯਾਰ ਐਂ ਵੀ ਨਾ ਲੋਕੀ ਜਾਗਰੂਕ ਜੇ ਰਹਿਣ ਯਾਰ ਅਸੀਂ ਯਾਰ ਕੋਈ ਮਾੜਾ ਕਰਦੇ ਆ ਯਾਰ ਥੋੜਾ ਯਾਰ ਕਿ ਆਪਾਂ ਨੂੰ ਮੇਲੇ ਨੂੰ ਕਿੰਨੇ ਦਿਨ ਹੋ ਗਏ ਕਿੰਨੇ ਦਿਨ ਹੋ ਗਏ ਨਾ ਹਾਂ 3 ਦਿਨ ਹੋ ਗਏ ਆਪਣੀ ਸੋਚ ਦੇਖ ਲੈ ਕਿੰਨੀ ਮਿਲੀ ਹੈ ਹਨਾ ਬਈ ਯਾਰ ਕੋਈ ਨਾ ਗੱਲ ਮੁੱਕਦੀ ਆ ਯਾਰ ਬਈ ਇੱਕ ਮਿੰਟ ਗੱਲ ਮੁੱਕਦੀ ਆ ਜਿੰਨੇ ਵੀ ਸਾਨੂੰ ਮਾੜਾ ਕਹਿਣਾ ਮਾੜਾ ਕਹਿ ਦਿਓ ਜਿੰਨੇ ਵੀ ਸਾਨੂੰ ਚੰਗਾ ਕਹਿਣਾ ਚੰਗਾ ਕਹਿ ਦਿਓ ਪਰ ਜਿੰਨੇ ਵੀ ਬੰਦੇ ਵਲੋਗ ਦੇਖ ਜਾ ਸਾਰਿਆਂ ਨੂੰ ਪੁੱਛ ਲਿਓ ਯਾਰ ਜਿੱਦਣ ਦਾ ਮਤਲਬ ਚੁੱਪ ਚ ਪੀਤੀ ਜਿਹੜਾ ਕੰਮ ਚੱਲਦਾ ਜੇ ਕੰਮ ਭਖਿਆ ਤਾਂ ਅੱਜ ਭਖਿਆ ਤਾਂ ਅਸੀਂ ਭਖਾਇਆ ਇਹ ਮਾੜਾ ਫਿਰ ਵੀ ਨਹੀਂ ਕਰਿਆ ਕੋਈ ਗੋਲਾ ਨਹੀਂ ਪਰ ਯਾਰ ਲੋਕ ਵੀ ਬਹੁਤ ਘੈਂਟ ਆ ਯਾਰ ਸਾਡੇ 2 ਵਜੇ ਦੀ ਕੋਲ ਤੇ ਆਪਾਂ 2 ਵਜੇ ਦੀ ਕੋਲ ਤੇ ਉੱਥੇ ਖੜੇ ਸੀ ਲੋਕ ਨਾ ਖੜੇ ਸੀ ਕੋਈ ਨਾ ਬਾਈ 21 ਤਰੀਕ ਨੂੰ 11 ਵਜੇ ਉੱਥੇ ਸਾਰੇ ਬਾਈ ਜਿਹੜੇ ਪਿੰਡਾਂ 'ਚ ਵੀ ਬੈਠੇ ਆ ਮੇਰੇ ਭਰਾ ਜ਼ਰੂਰ 21 ਤਰੀਕ ਨੂੰ 11 ਵਜੇ ਬਾਈ ਆ ਜਾਓ ਖਨੌਰੀ ਬਾਰਡਰ ਤੇ ਤੁਹਾਨੂੰ ਇੱਥੇ ਮਿਲਾਂਗੇ ਤਲੀ ਤੇ ਜਾਨ ਰੱਖ ਕੇ ਜਾਣਾ 21 ਨੂੰ 11 ਵਜ ਕੇ 5 ਮਿੰਟ ਨਹੀਂ ਹੋਣਦੇ ਨੇ ਠੀਕ ਆ ਜੀ ਸਾਰਿਆਂ ਦੀ ਤਿਆਰੀ ਆ ਸਾਰੇ ਤਿਆਰੀ ਜੋ ਬੰਦੇ ਵੀ ਆਉਣਗੇ ਸਾਰੇ ਤਿਆਰ ਹੋ ਕੇ ਆਇਓ ਦਿਲੋਂ ਆਇਓ ਸਾਰਾ ਆਪਦਾ ਪ੍ਰਬੰਧ ਲੈ ਕੇ ਆਇਓ ਨਾਲ ਵੀਰ ਬਣ ਕੇ ਬੇਨਤੀ ਆ 21 ਤਰੀਕ ਨੂੰ 11 ਵਜੇ ਪੱਕੀ ਕਾਲ ਤੇ ਮਿੱਤਰੋ ਸੰਗਲ ਲੈ ਕੇ ਨਾਲ ਢੋਲੀਆਂ ਸਪਰੇਆਂ ਵਾਲੀਆਂ ਟੂਟ ਪੇਸਟ ਲੈ ਕੇ ਬੋਰੀਆਂ ਲੈ ਕੇ ਟੂਟ ਪੇਸਟ ਲੈ ਕੇ ਆਉਂਦੇ ਤੰਬੇ ਤਲੈਂਪਟ ਲੈ ਕੇ ਬਈ ਯਾਰ ਐਵੇਂ ਤਾਂ ਆਪਾਂ ਨੂੰ ਹੁਣ ਖਾਲਸਾ ਦਾ ਪਾਣੀ ਵਾਲੇ ਪ੍ਰੈਸ਼ਰ ਲੈ ਆਇਓ ਸਪਰੇ ਵਾਲੇ ਪੰਪ ਲੈ ਆਇਓ ਜੀ ਜ਼ਰੂਰ ਤੇ ਮਿੱਤਰੋ ਪਟਨਾ ਤੇ ਦਿੱਲੀ ਨੂੰ ਪਹੁੰਚਣਾ ਤੋ ਦੇਖੋ ਰਾਤ ਦਾ ਮਾਹੌਲ ਬਾਜੀ ਵਾ ਟੈਂਟ ਟੂੰਟ ਗੜ ਤੇ ਪੱਕੇ ਖਨੌਰੀ ਬਾਰਡਰ ਸਿਰਾ ਗੱਲਬਾਤ ਆ ਮਿੱਤਰੋ ਤੇ ਬਸ ਬਾਬਾ ਰੱਖੇ ਸੁੱਖ ਦਿੱਲੀ ਚੱਲਾਂਗੇ ਅੱਜ ਹੀ ਬਾਈ ਥੋੜ੍ਹਾ ਚਲੋ ਆਗੂਆਂ ਨੇ ਕਹਿਤਾ ਕਿ ਅੱਜ ਨਹੀਂ ਕਰਨਾ ਆਪਾਂ 21 ਤਰੀਕ ਨੂੰ ਜਾਣਾ ਚਲੋ ਕੋਈ ਗੱਲ ਨਹੀਂ ਕੱਲ੍ਹ ਦਾ ਦਿਨ ਰਹਿ ਗਿਆ ਇੱਕ ਦਿਨ ਰਹਿ ਗਿਆ ਮਿੱਤਰੋ 21 ਤਰੀਕ ਨੂੰ ਚੱਲਾਂਗੇ ਅਤੇ ਮਾਹੌਲ ਦੇਖੋ ਤੁਸੀਂ ਲੰਗਰ ਚੱਲ ਰਹੇ ਆ ਗੁਰੂ ਕੇ ਬਾਜੀਆ ਮਾਹੌਲ ਭਖਿਆ ਪਿਆ ਕਹਿੰਦੇ ਡੀਜੇ ਤੇ ਨੱਚ ਰਹੇ ਅੱਜਾਂ ਤਾਂ ਕਹਿੰਦੇ ਖੁਸ਼ ਆ ਪੂਰੀ ਕਹਿੰਦੇ 21 ਨੂੰ ਦਿੱਲੀ 21 ਨੂੰ ਦਿੱਲੀ ਨੂੰ ਕੂਚ ਕਰਨਾ ਕਹਿੰਦੇ ਕਿੱਥੇ ਦੱਬਦੇ ਆ ਝੋਟੇ ਕਿਉਂ ਇਹ ਤੇਰਾ ਝੋਟਿਆ
21 ਨੂੰ ਚੱਲਾਂਗੇ 21 ਨੂੰ ਦਿੱਲੀ ਹੈ ਓਏ 21 ਨੂੰ ਦਿੱਲੀ ਚੱਲਾਂਗੇ 21 ਨੂੰ ਹਾਂ ਪਾੜ ਦਾਂਗੇ ਬੈਰੀਕੇਡ ਮੈਂ ਕਹਿੰਦਾ ਮੀਂਹ ਆ ਗਿਆ ਹੁਣੇ ਚੱਲ ਕੇ ਕਰ ਦਈਏ ਕੂਚ ਤੇਰਾ ਝੋਟਿਆ ਮੀਂਹ ਆ ਗਿਆ ਕੁਛ ਉਹ ਫੌਜੀ ਬੈਣ ਜਿਹਾ ਕੋਈ ਕਰੀ ਮਿੱਤਰੋ ਪੈਗ ਪੁੱਗ ਵੀ ਲਾ ਦਿੰਦੇ ਇੱਥੇ ਚੱਲਦਾ ਇਹਨਾਂ ਦਾ ਮਾਹੌਲ ਮੀਂਹ ਦਾ ਹੋ ਗਿਆ ਕਣੀਆਂ ਪਈ ਜਾਂਦੀਆਂ ਫੇਰ ਵੀ ਕਿਸਾਨ ਡਟੇ ਵੇ ਆ ਸੜਕਾਂ ਤੇ ਡਟੇ ਵੇ ਆ ਮਿੱਤਰੋ ਸੜਕਾਂ ਦੇ ਉੱਤੇ ਪਏ ਆ ਥੱਲੇ ਗੱਦੇ ਸਿੱਟੇ ਮੀਂਹ ਦੇ ਵਿੱਚ ਇਹ ਸਰਕਾਰਾਂ ਨੂੰ ਇਹ ਨਹੀਂ ਦਿੰਦਾ ਕਿ ਉੱਤੇ ਮੌਸਮ ਕਿਹੋ ਜਿਹਾ ਤੇ ਅਸੀਂ ਇਹਨਾਂ ਨੂੰ ਇੱਥੇ ਬਿਠਾਈ ਬੈਠੇ ਆ ਅੰਨਦਾਤਿਆਂ ਨੂੰ ਪਰ ਬਈ ਇਹ ਭੋਰਾ ਪ੍ਰਵਾਹ ਨਹੀਂ ਕਰਦੇ ਇਹਨਾਂ ਨੂੰ ਕੀ ਐ ਚਾਹੀਦਾ ਕਿ ਅੰਨਦਾਤਾ ਸੜਕਾਂ ਤੇ ਰੁਲਦਾ ਫਿਰਦਾ ਮੀਂਹ ਚ ਇਹ ਤੇਰਾ ਮਾਰਦਾ ਚੀਕਾ ਇਹ ਕਿੱਥੇ ਦੱਬਦੇ ਝੋਟੇ ਆਹੇ ਇਹ ਝੋਟੇ ਨੀ ਦੱਬਦੇ ਇਹ ਝੋਟੇ ਨੀ ਦੱਬਦੇ ਮਿੱਤਰੋ ਮਿੱਤਰੋ ਮੀਂਹ ਦਾ ਮਾਹੌਲ ਦੇਖ ਲੋ ਲੈ ਮੀਂਹ ਦੇ ਵਿੱਚ ਸੜਕਾਂ ਤੇ ਦੇਖ ਲੋ ਬਈ ਕਿਸਾਨ ਆਏ ਰੋਲਦਾ ਤੇ ਤੁਹਾਨੂੰ ਸਰਕਾਰਾਂ ਨੂੰ ਭੋਰਾ ਪਤਾ ਨਹੀਂ ਲੱਗਦਾ ਬਾਕੀ ਚਲੋ ਠੀਕ ਆ ਗਾਈ ਜੀ ਅੱਜ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਮੀਂਹ ਦੇ ਵਿੱਚ ਧਰਨੇ ਤੁਹਾਨੂੰ ਪਤਾ ਹੀ ਆ ਬਈ ਕਿਸਾਨ ਰੋਲ ਰਿਹਾ ਤੇ ਸਰਕਾਰਾਂ ਨੂੰ ਭੋਰਾ ਪਤਾ ਨਹੀਂ ਲੱਗਦਾ ਕੋਈ ਚੱਕਰ ਨਹੀਂ ਸਰਕਾਰਾਂ ਨੂੰ ਠੱਲ ਪਾਵਾਂਗੇ ਨੌਜਵਾਨ ਪੀੜ੍ਹੀ ਜਿੰਦਾਬਾਦ ਤੇ ਖਿੱਚ ਦਿਓ ਕੰਮ ਮਿੱਤਰੋ ਖਿੱਚ ਦਿਓ ਬਾਈ ਬਾਏ ਬਾਏ।